ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨ ਤੋਂ ਪਹਿਲੇ 2 ਸਾਲ ਜਦੋਂ ਇਲੈਕਸ਼ਨ ਹੋਇਆ ਨਹੀਂ ਸੀ ਉਹ ਤੋਂ ਪਹਿਲੇ ਪੂਰੀ ਪੰਜਾਬ ਦੀ ਜਨਤਾ ਨੂੰ ਟੀਵੀ ਰਾਹੀਂ ਰੈਲੀ ਵਿੱਚ ਤੇ ਹਰ ਮੀਡੀਅਮ ਵਿੱਚ ਇੱਕ ਬਿਆਨ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਹੁੰ ਖਾਧੀ ਤੇ ਕਿਹਾ ਕਿ ਮੈਂ ਕਿਸਾਨ ਵੀਰੋ, ਗਰੀਬ ਭਰਾਓ, ਪਰਿਵਾਰੋ, ਤੁਸੀਂ ਜੇ ਬੈਂਕ ਦਾ ਕਰਜ਼ਾ ਲਿੱਤਾ, ਜੇ ਆੜਤੀਆ ਦਾ ਕਰਜ਼ਾ ਲਿੱਤਾ, ਜੇ ਕੋਈ ਸੁਸਾਇਟੀ ਦਾ ਕਰਜ਼ਾ ਲਿੱਤਾ, ਤੁਸੀਂ ਅੱਜ ਦੇ ਬਾਅਦ ਕਿਸੇ ਕਰਜ਼ਾ ਨਹੀਂ ਮਾਫ ਮੋੜਨਾ, ਮੈਂ ਮੋੜੂੰਗਾ। ਤੁਸੀਂ ਕੋਈ ਵਿਆਜ ਦੇਣ ਦੀ ਲੋੜ ਨਹੀਂ, ਅੱਜ ਤੋਂ ਬਾਅਦ ਕੁਛ ਕਰਨ ਦੀ ਲੋੜ ਨਹੀਂ, ਮੇਰੀ ਸਰਕਾਰ ਬਣਾਓ ਤੇ ਮੈਂ ਸਾਰਾ ਕੁਛ ਮੋੜੂੰਗਾ। ਉਹਨੇ ਆਹ ਵੀ ਕਿਹਾ ਸੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਜਿੰਨੇ ਪਰਿਵਾਰਾਂ ਦੇ ਮੁਖੀਆਂ ਨੇ ਕਰਜ਼ੇ ਦੇ ਡੱਬੇ 'ਚ ਖੁਦਕੁਸ਼ੀਆਂ ਕਰ ਲਈਆਂ, ਮੈਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ, 10 ਲੱਖ ਦੀ ਮਦਦ, ਸਾਰਾ ਕਰਜ਼ਾ ਮਾਫ ਕਰੂੰਗਾ। ਜਿਹੜਾ ਇਨਸਾਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਹੁੰ ਖਾ ਕੇ ਮੁੱਕਰ ਸਕਦਾ ਹੈ, ਉਹ ਤੋਂ ਘਟੀਆ ਇਨਸਾਨ ਕੋਈ ਹੋ ਨਹੀਂ ਸਕਦਾ। ਉਸ ਇਨਸਾਨ 'ਤੇ ਕੀ ਵਿਸ਼ਵਾਸ ਕਰਾਂਗੇ ਜਿਹੜਾ ਗੁਰੂ ਸਾਹਿਬ ਦੀ ਸਹੁੰ ਗੁਰੂ ਸਾਹਿਬ ਨੂੰ ਧੋਖਾ ਦੇ ਸਕਦਾ ਹੈ? ਉਹਦੇ 'ਤੇ ਕੋਈ ਵਿਸ਼ਵਾਸ ਹੋ ਸਕਦਾ ਹੈ? ਹੁਣ ਝੂਠ ਦਾ ਪਲੰਦਾ ਅਸੈਂਬਲੀ 'ਚ ਪੇਸ਼ ਕਰ ਦਿੰਦੇ ਹੈ, 15 ਡਰਾਮਾ ਕਰਕੇ 500-700 ਕਰੋੜ ਦੇ ਕੇ 80,000 ਕਰੋੜ ਦੇ ਕਰਜ਼ੇ ਨੂੰ ਲੁਕੋ ਸਕਦੇ ਹੈ। ਫਿਰ ਰਾਹੁਲ ਗਾਂਧੀ ਵਰਗੇ ਪੂਰੇ ਹਿੰਦੁਸਤਾਨ ਨੂੰ ਹੁਣ ਬੇਵਕੂਫ ਬਣਾਉਣ ਤੇ ਲੱਗੇ ਹੈ ਕਿ ਜਿਵੇਂ ਕੈਪਟਨ ਨੇ ਕਰਜ਼ਾ ਮਾਫ ਕੀਤਾ ਹੈ ਉਵੇਂ ਅਸੀਂ ਹਿੰਦੁਸਤਾਨ 'ਚ ਮਾਫ ਕਰਾਂਗੇ। ਇਹਦਾ ਮਤਲਬ ਜਿਵੇਂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ, ਗਰੀਬਾਂ ਨਾਲ ਠੱਗੀ ਮਾਰੀ ਹੈ, ਅਸੀਂ ਦੁਨੀਆ ਹਿੰਦੁਸਤਾਨ ਦੀ ਬਾਕੀ ਸਟੇਟਾਂ ਦੇ ਕਿਸਾਨਾਂ ਅਤੇ ਗਰੀਬਾਂ ਨਾਲ ਵੀ ਠੱਗੀ ਮਾਰਾਂਗੇ। ਸੋ ਇਸ ਕਰਕੇ ਅੱਜ ਅਸਲੀਅਤ, ਅੱਜ ਅਸੈਂਬਲੀ ਵਿੱਚ ਗਵਰਨਰ ਸਾਹਿਬ ਨੇ ਜਿਹੜਾ ਪੇਸ਼ ਕੀਤਾ ਐਡਰੈਸ, ਉਹ ਝੂਠ ਦਾ ਪਲੰਦਾ, ਅਸਲੀਅਤ ਆ ਬਾਹਰ ਹੈ। ਆ ਲੋਕ ਜਿਹੜੇ ਆਏ ਆ, ਸੰਗਤ ਜਿਹੜੀ ਆਏ, ਪਰਿਵਾਰ ਆਏ ਆ, ਆ ਅਸਲੀ ਚਿਹਰਾ ਪੰਜਾਬ ਦਾ, ਸੱਚਾਈ ਪੰਜਾਬ ਦੀ ਹੈ। ਆ ਉਹ ਪਰਿਵਾਰ ਹੈ ਜਿਨ੍ਹਾਂ ਦੇ ਮੁਖੀਆਂ ਨੇ, ਕਮਾਉਣ ਵਾਲਿਆਂ ਨੇ ਆਤਮ ਹੱਤਿਆ ਕੀਤੀ ਹੈ। ਤਕਰੀਬਨ 900 ਪਰਿਵਾਰ ਹੈ ਅੱਜ ਆਏ ਹੈ, ਸਾਰੇ ਬਜ਼ੁਰਗ ਮਾਈਆਂ ਆਈਆਂ, ਭੈਣਾਂ ਆਈਆਂ, ਬੱਚੇ ਆਏ ਹੈ, ਬਜ਼ੁਰਗ ਆਏ ਹੈ, ਜਿਨ੍ਹਾਂ ਦੇ ਪਰਿਵਾਰ ਸਾਰੇ ਹੀ ਦੁੱਖ 'ਚ ਹੈ। ਉਹਨਾਂ ਨੂੰ ਸਹਾਇਤਾ ਦੀ ਲੋੜ ਹੈ। ਇਹਨਾਂ ਨੂੰ ਉਮੀਦ ਸੀ ਕਿ ਕੈਪਟਨ ਨੇ, ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਹੈ, ਕੁਝ ਸਾਹਿਬ ਦਊਗਾ ਸਾਨੂੰ ਮਿਲੂਗਾ, ਪਰ ਇਹ ਮੁੱਕਰ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਦਿਉਣਾ, ਤੁਹਾਡੀ ਲੜਾਈ ਲੜਾਂਗੇ, ਲੜਦੇ ਰਹਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ। ਅਸੀਂ ਇਹਦੇ ਬਾਅਦ ਗਵਰਨਰ ਸਾਹਿਬ ਨਾਲ ਟਾਈਮ ਲਵਾਂਗੇ, ਗਵਰਨਰ ਸਾਹਿਬ ਦੇ ਸਾਹਮਣੇ ਆਪਾਂ ਉਹਨਾਂ ਕੋਲ ਜਾਵਾਂਗੇ। ਉਹਦੇ ਬਾਅਦ ਭਾਵੇਂ ਸੜਕਾਂ ਤੇ ਉਤਰਨਾ ਪਏ, ਭਾਵੇਂ ਘਰਾਓ ਕਰਨੇ ਪੈਣ, ਤੁਹਾਡੀ ਲੜਾਈ ਲੜਾਂਗੇ, ਤੁਹਾਨੂੰ ਇਨਸਾਫ ਲੈ ਕੇ ਦਵਾਵਾਂਗੇ। ਤੇ ਬਾਦਲ ਸਾਹਿਬ, ਮੇਰੇ ਪਿਤਾ ਜੀ, ਸਮੁੱਚੀ ਅਕਾਲੀ ਦਲ, ਤੁਹਾਡੇ ਪਤਾ ਤੁਸੀਂ ਬੜੇ ਦੁੱਖ ਹੈ ਤੁਹਾਨੂੰ ਪਰਿਵਾਰ, ਅਸੀਂ ਤੁਹਾਡੇ ਦੁੱਖ ਸ਼ਾਮਿਲ ਹੁੰਦੇ ਹਾਂ, ਪਰ ਮੈਂ ਤੈਨੂੰ ਇੰਨਾ ਵਿਸ਼ਵਾਸ ਦੇਣਾ ਹੈ, ਤੁਹਾਡੀ ਲੜਾਈ ਲੜਾਂਗੇ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ। ਬਹੁਤ ਬਹੁਤ ਧੰਨਵਾਦ।
ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਬਾਦਲ ਸਾਹਿਬ ਦੇ ਫਲੈਟ ਤੇ ਜਿੱਥੋਂ ਆਪਾਂ ਚੱਲੇ ਸੀ ਉੱਥੇ ਸਾਰੇ ਹੀ ਪੀਰ ਪਰਿਵਾਰ ਬਜ਼ੁਰਗ